ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਬੀਰ ਸਿੰਘ ਰਿਪੋਰਟਰ, ਕੈਮਰਾਮੈਨ ਤਰੁਣ ਜੀ ਦੇ ਨਾਲ। ਅਸੀਂ ਇਸ ਟਾਈਮ ਪਿੰਡ ਕਿਲ੍ਹਾ ਦੇਸਾ ਸਿੰਘ ਦੇ ਵਿੱਚ, ਜੋ ਕਿ ਇਸ ਟਾਈਮ ਸਰਪੰਚ ਸੁਖਵਿੰਦਰ ਕੌਰ ਜੀ, ਵਾਈਫ ਆਫ ਬਲਜਿੰਦਰ ਸਿੰਘ ਜੀ ਦੇ ਨਿਵਾਸ ਸਥਾਨ 'ਤੇ ਬੈਠੇ ਹਾਂ, ਜਿਨ੍ਹਾਂ ਦਾ ਹਲਕਾ ਫਤਿਹਗੜ੍ਹ ਚੂੜੀਆਂ, ਬਲਾਕ ਫਤਿਹਗੜ੍ਹ ਚੂੜੀਆਂ, ਡਿਸਟ੍ਰਿਕਟ ਗੁਰਦਾਸਪੁਰ ਆ। ਅਸੀਂ ਉਹਨਾਂ ਦੇ ਨਿਵਾਸ ਸਥਾਨ 'ਤੇ ਬੈਠੇ ਹਾਂ। ਅਸੀਂ ਸਰਪੰਚ ਸਾਹਿਬ ਜੀ ਨਾਲ ਗੱਲ ਕੀਤੀ, ਜੋ ਕਿ ਉਹਨਾਂ ਨੇ ਸਾਨੂੰ ਬੜੇ ਹੀ ਵਧੀਆ ਤਰੀਕੇ ਨਾਲ ਆਪਣੇ ਪਿੰਡ ਦੀਆਂ ਕੁਝ ਗੱਲਾਂ ਸਾਨੂੰ ਦੱਸੀਆਂ ਕਿ ਜੋ ਉਹਨਾਂ ਆਪਣੇ ਪਿੰਡ ਦੇ ਵਿੱਚ ਵਿਕਾਸ ਕਰਵਾਏ ਆ, ਅਤੇ ਜਿਹੜੇ ਉਹਨਾਂ ਦੀ ਨਜ਼ਰ ਦੇ ਵਿੱਚ ਵਿਕਾਸ ਹੋਣ ਵਾਲੇ ਆ, ਇਹ ਸਾਡੇ ਪਿੰਡ ਦੇ ਵਿੱਚ ਵਿਕਾਸ ਹੋ ਜਾਂਦਾ, ਸਾਡੇ ਪਿੰਡਾਂ ਦੀ ਜਿਹੜੀ ਹੈ ਕਿ ਕਾਫੀ ਜ਼ਿਆਦਾ ਹੀ ਸਹੂਲੀਅਤ ਸਾਡੇ ਪਿੰਡ ਨੂੰ ਮਿਲ ਸਕਦੀ ਆ। ਅਸੀਂ ਸਰਪੰਚ ਸਾਹਿਬ ਜੀ ਨਾਲ ਪੁੱਛਦੇ ਹਾਂ ਕਿ ਉਹਨਾਂ ਨੂੰ ਸਰਪੰਚੀ ਦੇ ਦੌਰਾਨ ਆਪਣੇ ਪਿੰਡ ਵਾਸੀਆਂ ਨੂੰ, ਆਪਣੇ MLA ਸਾਹਿਬ, ਆਪਣੇ ਮੰਤਰੀ ਸਾਹਿਬ ਦਾ ਕਿੰਨਾ ਸ਼ੁਕਰਗੁਜ਼ਾਰ ਕਰਦੇ ਆ। ਉਹ ਆਪਣੇ ਮੂੰਹ ਆਪ ਖੁਦ ਦੱਸਣਗੇ ਕਿ ਉਹ ਆਪਣੇ ਮੰਤਰੀ ਸਾਹਿਬ 'ਤੇ ਕਿੰਨਾ ਮਾਣ ਕਰਦੇ, ਆਪਣੇ ਪਿੰਡ ਵਾਸੀਆਂ 'ਤੇ ਕਿੰਨਾ ਮਾਣ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਸਰਪੰਚ ਬਣਾ ਕੇ ਉਹਨਾਂ ਨੂੰ ਇਹ ਮਾਣ ਦਿੱਤਾ। ਆਓ ਜੀ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਕੌਰ ਬੋਲਦੀ ਹਾਂ, ਪਿੰਡ ਕਿਲ੍ਹਾ ਦੇਸਾ ਸਿੰਘ। ਮੇਰੇ ਪਿੰਡ ਵਾਸੀਆਂ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਹੁਤ ਕਿਰਪਾ ਕੀਤੀ, ਬਹੁਤ ਮਿਹਰ ਕੀਤੀ ਕਿ ਮੈਨੂੰ ਸਰਪੰਚੀ ਮੇਰੀ ਝੋਲੀ ਵਿੱਚ ਪਾਈ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤਹਿ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਦਾ। ਅਤੇ ਬਹੁਤ ਵਧੀਆ ਸਾਡੇ ਕੰਮ ਹੋ ਰਿਹਾ ਹੈ, ਅਤੇ ਜਿਹੜਾ ਰਹਿ ਗਿਆ ਉਹ ਵੀ ਅਸੀਂ ਬਹੁਤ ਵਧੀਆ ਸਰਕਲ ਚੱਲਣ ਡਿਆ ਹੈ, ਬਹੁਤ ਵਧੀਆ ਚਲਾਵਾਂਗੇ। ਸਰਪੰਚ ਸਾਹਿਬ, ਜਿਵੇਂ ਕਿ ਤੁਸੀਂ ਆਪਣੇ ਪਿੰਡ ਵਾਸੀਆਂ ਦਾ ਜਾਂ ਆਪਣੇ MLA ਸਾਹਿਬ, ਮੰਤਰੀ ਸਾਹਿਬ ਦਾ ਤੁਸੀਂ ਮਤਲਬ ਕਿ ਧੰਨਵਾਦ ਕਰਨ ਡਿਆ ਜੇ, ਤੁਹਾਡੇ ਪਿੰਡ ਵਾਸੀਆਂ ਤੁਹਾਨੂੰ ਕਿੰਨਾ ਕੁ ਸਹਿਯੋਗ ਦੇ ਕੇ ਤੁਹਾਨੂੰ ਸਰਪੰਚ ਬਣਾਇਆ, ਕਿੰਨਾ ਕੁ ਤੁਹਾਡੇ 'ਤੇ ਮਾਣ ਕਰਦੇ ਆ? ਬਹੁਤ ਜ਼ਿਆਦਾ ਉਹਨਾਂ ਦਾ ਧੰਨਵਾਦ ਹੈ ਜੀ, ਬਹੁਤ ਜ਼ਿਆਦਾ ਉਹਨਾਂ ਨੇ ਕਿਰਪਾ ਕੀਤੀ ਹੈ ਸਾਡੇ 'ਤੇ। ਠੀਕ ਆ, ਅਤੇ ਜਿਸ ਉਮੀਦ ਨਾਲ ਉਹਨਾਂ ਨੇ ਤੁਹਾਨੂੰ ਸਰਪੰਚ ਬਣਾਇਆ, ਤੁਸੀਂ ਉਹਨਾਂ ਦੀ ਉਮੀਦ 'ਤੇ ਪੂਰੇ ਖਰੇ ਉਤਰੇ ਜੇ ਕਿ ਜਾਂ ਹਾਲੇ ਉਤਰਨ ਦੀ ਕੋਸ਼ਿਸ਼ ਕਰਨ ਡਿਆ ਜੇ? ਹਾਂਜੀ, ਕੋਸ਼ਿਸ਼ ਵੱਧ ਤੋਂ ਵੱਧ ਕਰਨ ਡਏ। ਠੀਕ ਆ, ਅਤੇ ਸਰਪੰਚ ਸਾਹਿਬ, ਜਿੱਦਾਂ ਕਿ ਤੁਹਾਡੇ ਪਿੰਡ ਦੇ ਵਿੱਚ ਮਤਲਬ ਕਿ ਸਰ ਅਸੀਂ ਤੁਹਾਡੇ ਨਾਲ ਗੱਲ ਕਰਕੇ ਪਤਾ ਲੱਗਾ ਕਿ ਤੁਹਾਡੇ 650 ਵੋਟ ਆ ਪਿੰਡ ਦੀ, 900,000 ਦੇ ਕਰੀਬ ਲਗਭਗ ਆਬਾਦੀ ਆ, ਉਹਦੇ ਵਿੱਚ ਤੁਹਾਨੂੰ ਸਾਰੇ ਪਿੰਡ ਦਾ ਹੀ ਸਹਿਯੋਗ ਮਿਲਿਆ ਕਿ ਜਿਹਨਾਂ ਤੁਹਾਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਕੇ ਤੁਹਾਨੂੰ ਇੱਕ ਪਿੰਡ ਦਾ ਮੁਖੀਆ ਬਣਾਤਾ ਜਾਂ ਪਿੰਡ ਦਾ ਰਾਜਾ ਬਣਾਤੀ ਆਪਾਂ ਕਹਿ ਸਕਦੇ ਹਾਂ, ਉਹਦੇ ਵਿੱਚ ਤੁਹਾਡੇ ਪਿੰਡ ਦੇ ਕਾਫੀ ਜਿਹੜੇ ਪਛੜੇ ਹੋਏ ਕੰਮ ਸੀ ਉਹਨਾਂ ਨੂੰ ਤੁਸੀਂ ਪਹਿਲ ਦੇ ਆਧਾਰ 'ਤੇ ਕੀਤਾ, ਅਤੇ ਤੁਹਾਨੂੰ ਉਹ ਕੰਮ ਕਰਕੇ ਕਿਵੇਂ ਦਾ ਮਹਿਸੂਸ ਹੁੰਦਾ ਹੁਣ? ਬਹੁਤ ਵਧੀਆ ਲੱਗਦਾ ਹੈ, ਅਸੀਂ ਵੱਧ ਤੋਂ ਵੱਧ ਪਿੰਡ ਦੇ ਕੰਮ ਕਰਾਂਗੇ। ਤੁਹਾਡੇ ਪਿੰਡ ਦੇ ਜਿਹੜੇ ਤੁਸੀਂ ਕੰਮ ਆ ਗਲੀਆਂ ਨਾਲੀਆਂ ਦੇ, ਤੁਸੀਂ ਦੱਸਿਆ ਕਿ 60-70% ਕੰਮ ਹੋ ਚੁੱਕੇ ਆ, 30% ਜਾਂ 40% ਕੰਮ ਰਹਿ ਗਏ ਆ, ਉਹ ਹੁਣ ਕਿਸ ਵਜ੍ਹਾ ਕਾਰਨ ਰੁਕੇ ਆ ਜਾਂ ਚੱਲਦੇ ਪਏ ਆ ਕਿ ਥੋੜ੍ਹੇ ਦੇਰ ਤੱਕ ਹੋ ਜਾਣਗੇ, ਜਾਂ ਮਤਲਬ ਕਿ ਕਿਸ ਕਾਰਨ ਆ ਜਿਹੜੇ ਕਿ ਉਹ ਪਿੱਛੇ ਪੈਂਡਿੰਗ ਰਹਿ ਗਏ ਆ 30-40% ਜਿਹੜੇ ਆ? ਉਹ ਛੇਤੀ ਹੋ ਜਾਣਗੇ, ਥੋੜ੍ਹੇ ਟਾਈਮ 'ਚ ਅਸੀਂ, ਕੋਸ਼ਿਸ਼ ਹੈ ਸਾਡੀ ਵੀ ਇਹ ਕਰਨਾ। ਮਤਲਬ ਕਿ ਤੁਹਾਡੀ ਲੇਬਰ ਲੱਗੀ ਹੋਈ ਆ, ਕੰਮ ਚੱਲਦਾ ਪਿਆ, ਥੋੜ੍ਹਾ ਜਿਹੜਾ ਹੈਗਾ ਕੁਛ ਬਾਰਿਸ਼ਾਂ ਵੀ ਹੋਣ ਡੈ ਪਈਆਂ, ਕੁਛ ਮੌਸਮ ਖਰਾਬ ਹੋਣ ਕਰਕੇ ਵੀ ਕੰਮ ਰਹਿ ਜਾਂਦੇ ਆ। ਹਾਂਜੀ, ਬਾਕੀ ਤੁਹਾਡੇ ਆਪਣੇ ਇਲਾਕੇ ਦੇ ਤੁਹਾਡੇ ਮੰਤਰੀ ਸਾਹਿਬ ਤੁਹਾਡਾ ਇੰਨਾ ਕੁ ਮਾਣ ਸਤਿਕਾਰ ਤੁਹਾਨੂੰ ਦੇ ਰਹੇ ਆ ਕਿ ਜਿਹੜੇ ਤੁਸੀਂ ਆਪਣੇ ਪਿੰਡਾਂ ਦੇ ਵਿਕਾਸ ਕਰਵਾ ਰਹੇ ਜੇ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੰਤਰੀ ਸਾਹਿਬ ਦਾ, ਜਿਹੜਾ ਉਹ ਮਤਲਬ ਸਾਡੇ 'ਤੇ ਮਤਲਬ ਪਾਉਣ ਡੇ ਨੇ ਇੱਕ ਆਪਣੇ ਮਤਲਬ ਕਿ ਹਲਕੇ ਨੂੰ ਆਪਣੇ ਪਿਆਰ ਵੰਡਣ ਡਿਆ, ਜਿਹੜੇ ਉਹਨਾਂ ਨੇ ਉਹਨਾਂ ਦੇ ਹਲਕੇ ਨੇ ਉਹਨਾਂ ਨੂੰ ਸਰਪੰਚ ਆਪਣੇ MLA ਬਣਾ ਕੇ ਉਹਨਾਂ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਕਿ ਉਹ ਅੱਜ ਮੰਤਰੀ ਦੇ ਪੋਸਟ 'ਤੇ ਖੜ੍ਹੇ ਆ, ਉਹ ਚੀਜ਼ ਨੂੰ ਉਹ ਤੁਹਾਡੇ ਕੋਲੋਂ ਤੁਹਾਨੂੰ ਆਪਣਾ ਜੋ ਵੀ ਪਿਆਰ, ਉਹ ਪਿਆਰ ਤੁਹਾਡਾ ਵੰਡਦੇ ਪਏ ਆ ਜੇ। ਹਾਂਜੀ ਹਾਂਜੀ, ਅਤੇ ਸਾਡੇ ਨਾਲ ਸਾਹਿਬ ਬਲਜਿੰਦਰ ਸਿੰਘ ਜੀ ਬੈਠੇ, ਸਰਪੰਚ ਸਾਹਿਬ ਦੇ ਹਸਬੈਂਡ ਆ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਮਤਲਬ ਕਿ ਇੱਥੇ ਹੀ ਮਤਲਬ ਜੰਮੇ ਪਲੇ ਸਭ ਕੁਛ, ਰੋਜ਼ ਇਸੇ ਪਿੰਡ 'ਚ ਵਿਚਰਦੇ ਆ, ਉਹਨਾਂ ਨੂੰ ਇਸ ਪਿੰਡ ਦੇ ਬਾਰੇ ਆਪਾਂ ਪੁੱਛਦੇ ਹਾਂ ਕਿ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਹੋਰ ਹੈਗੀਆਂ ਅਤੇ ਕਿਹੜੀਆਂ ਕਿਹੜੀਆਂ ਹੱਲ ਹੋ ਗਈਆਂ। ਹਾਂਜੀ ਸਰ, ਤੁਸੀਂ ਪਿੰਡ ਦੇ ਵਿੱਚ ਇੱਥੇ ਵਿਚਰਨ ਵਾਲੇ ਜੇ, ਅਤੇ ਤੁਹਾਨੂੰ ਕਿਵੇਂ ਲੱਗਦਾ ਕਿ ਪਿੰਡ ਦੇ ਵਿੱਚ ਕਿੰਨੇ ਕੁ ਕੰਮ ਹੋ ਗਏ, ਕਿੰਨੇ ਕੁ ਰਹਿੰਦੇ ਹੋਰ? ਭਾਈ ਬਹੁਤ ਕੰਮ ਹੋਏ ਜੇ, ਗਲੀਆਂ ਨਾਲੀਆਂ ਕਾਫੀ ਬਣ ਗਏ, ਕੋਈ ਰਹਿ ਗਈ ਨਹੀਂ ਤਕਰੀਬਨ। ਬਾਬਾ ਜੀ ਹੁਣ ਦੁਬਾਰੇ ਗੁਲੜੀਆਂ ਮਾੜੀਆਂ ਮੋਟੀਆਂ ਨੇ ਹੋਣ ਦੀਆਂ, ਰਿਪੇਅਰ ਹੋਣੀ, ਜਿਵੇਂ ਕੋਈ ਥੱਲੇ ਦੂਜੀਆਂ ਇੱਟਾਂ ਨਹੀਂ ਬਣੀਆਂ, ਲਾਲ ਇੱਟਾਂ ਨੇ ਬਣੀਆਂ, ਹੁਣ ਇੱਥੇ ਇੰਟਰਲੋਕ ਲੱਗ ਹੀ ਚੱਲੀ, 70% ਕੰਮ ਹੋ ਗਿਆ, 60-70। ਠੀਕ ਹੈ ਜੀ। ਅਤੇ ਸਰ ਇੱਕ ਸਾਨੂੰ ਬਹੁਤ ਹੀ ਸਾਡੇ ਪਿੰਡ ਦੀ ਡਿਮਾਂਡ ਸੀ, ਸਾਡੇ ਮੰਤਰੀ ਅੱਗੇ ਕਹਿੰਦੇ ਵੀ ਸਾਡਾ ਸੀ ਵੀ ਪਾਣੀ ਦਾ ਨਿਕਾਸ ਕਰੋ। ਠੀਕ ਆ, ਪਰਲੇ ਕੋਲ ਪਾਣੀ ਆਉਂਦਾ ਨਹੀਂ, ਉਦੋਂ ਲੋਕਾਂ ਦੀਆਂ ਜ਼ਮੀਨਾਂ ਖਰਾਬ ਹੁੰਦੀਆਂ ਜੀ। ਠੀਕ ਆ, ਅਤੇ ਲੋਕਾਂ ਦੇ ਝਗੜੇ ਵੀ ਹੁੰਦੇ ਵੀ ਪਾਣੀ ਤੋਂ ਡੱਕਦੇ, ਉਹਨਾਂ ਵਿਚਾਰੇ ਕਿੱਥੇ ਕਰਨਾ ਸੀ। ਬਿਲਕੁਲ ਜੀ। ਅਤੇ ਮੈਨੂੰ ਬਾਰਾ ਸਾਹਿਬ ਦੇ ਤੂੰ ਇਹ ਕੰਮ ਪੈ ਦੇ ਆਧਾਰ 'ਤੇ ਕਰ ਸੀਵਰਾਂ ਦੇ। ਠੀਕ ਹੈ। ਅਤੇ ਮੈਂ ਉਹਨਾਂ ਦੀ ਬਾਰਾ ਸਾਹਿਬ ਦੀ ਕਿਰਪਾ ਨਾਲ ਉਹਨਾਂ ਮੈਨੂੰ ਗ੍ਰਾਂਟ ਦਿੱਤੀ।
ਮੈਂ ਆਪਣੀ ਮਿਹਨਤ ਖੋਲੋ ਲਾਗੇ ਖਲੋ ਕੇ ਚੰਗੇ ਵਧੀਆ ਕਾਰੀਗਰ ਲਾ ਕੇ ਸੀਵਰੇਜ ਲੈ ਵਧੀਆ ਮੇਰਾ ਚੱਲ ਰਿਹਾ ਜੀ। ਠੀਕ ਹੈ। ਪਾਣੀ ਛੱਪੜ ਦੇ ਵਿੱਚ ਪਾਣੀ ਲਿਆਂਦਾ ਜੀ। ਮਤਲਬ ਕਿ ਤੁਹਾਡੇ ਆਪਣੇ ਪਿੰਡ ਦੀ ਜਿਹੜੀ ਕਿ ਤੁਸੀਂ ਸਾਨੂੰ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਕਾਫੀ ਲੰਬਾ ਵਾਇਪ ਬਣਾ ਕੇ ਫਿਰ ਤੁਸੀਂ ਪਾਣੀ ਦਾ ਨਿਕਾਸ ਕੀਤਾ। ਹਾਂ, ਛੱਪੜ ਦੂਰ ਬੜੀ ਸੀ। ਉਹ ਸਾਰਾ ਹੀ ਤੁਹਾਡੇ ਆਪਣੇ ਮੰਤਰੀ ਸਾਹਿਬਾਨ ਦੀ ਸਹਿਯੋਗ ਨਾਲ, ਜੋ ਕਿ ਆਪਣੇ ਵਰਜਿੰਦਰ ਸਿੰਘ ਬਾਜਵਾ ਜੀ ਜਿਨ੍ਹਾਂ ਨੇ ਤੁਹਾਡਾ ਇਹ ਸਹਿਯੋਗ ਤੁਹਾਡੇ ਨਾਲ ਦਿੱਤਾ ਤੇ ਤੁਹਾਨੂੰ ਇੰਨਾ ਆਪਣਾ ਉਪਰਾਲਾ ਕਰ ਸਕੇ ਪਿੰਡ 'ਚ। ਸਾਡੇ ਇਮਾਨਦਾਰ ਮੰਤਰੀ ਸਾਹਿਬ ਨੇ ਤੇ ਉਹ ਸਾਨੂੰ ਕਹਿੰਦੇ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ। ਠੀਕ ਹੈ। ਤੇ ਮੈਂ ਕੋਈ ਕਮੀ ਨਹੀਂ ਰਹਿਣ ਦਾਂਗਾ, ਜਿਹੜੇ ਕੰਮ ਰਹਿ ਗਏ ਮੈਂ ਪੂਰੇ ਕਰਨੇ, ਜਿੰਨਾ ਚਿਰ ਸਰਕਾਰ ਮੇਰੇ ਕੋਈ ਕੰਮ ਕਸਰ ਛੱਡਣੀ ਨਹੀਂ ਜੀ। ਮਤਲਬ ਪਾਣੀ ਦਾ ਤੇ ਗਲੀਆਂ ਦਾ ਜੋ ਵੀ ਹੈ ਤੁਹਾਡਾ, ਇੱਕ ਵਾਰੀ ਉਹਨਾਂ ਨੇ ਪੂਰਾ ਗੰਦ ਖਤਮ ਕਰਤਾ ਪਿੰਡ ਜੋ ਜੀ। ਤੇ ਹੁਣ ਮੇਨ ਸਾਨੂੰ, ਮੈਨੂੰ ਇਹ ਚਾਹਵਾ ਵੀ ਮੈਨੂੰ ਕੋਈ ਐਡੀ ਮੰਤਰੀ ਸਾਹਿਬ ਨੇ ਕਹਿ ਕੇ ਸਰਪੰਚ ਬਣਾਇਆ, ਮੈਨੂੰ ਲੋੜ ਨਹੀਂ ਸੀ ਨਾ ਮੈਨੂੰ ਕੋਈ ਇਲਾਜ ਸੀਗਾ, ਸਿਰਫ ਉਹ ਮੈਨੂੰ ਦੇ ਦਿਲ ਮੈਨੂੰ ਸੇਵਾ ਦਾ ਮੌਕਾ ਬਖਸ਼ਿਆ, ਮੈਂ ਸੇਵਾ ਕਰਨੀ ਆ। ਤੇ ਬਾਕੀ ਮੈਨੂੰ ਇਹ ਸ਼ੌਂਕ ਹੈ ਵੀ ਮੇਰੇ ਪਿੰਡ ਦੀ ਗਰਾਊਂਡ ਵਧੀਆ ਬਣੇ ਜੀ। ਬਿਲਕੁਲ ਬਿਲਕੁਲ। ਤੇ ਬੱਚੇ ਖੇਡਦੇ ਸੜਕ ਦੇ ਉੱਤੇ ਗਰਾਊਂਡ ਹੈ, 2 ਕਿੱਲੇ ਗਰਾਊਂਡ ਹੈ ਜੀ। ਮੰਤਰੀ ਸਾਹਿਬ ਵੀ ਆਹ ਚੀਜ਼ਾਂ ਵੇਖ ਕੇ ਹੀ ਕਿਸੇ ਨੂੰ ਕੋਈ ਡਿਊਟੀ ਦਿੰਦੇ, ਸੇਵਾ ਦਿੰਦੇ, ਜੇ ਉਹਨੂੰ ਪਤਾ ਸੀ ਕਿ ਇਹ ਮਤਲਬ ਕਿ ਜੋ ਹੈਗੇ ਆ ਬਲਜਿੰਦਰ ਸਿੰਘ ਜੀ ਜਾਂ ਸੁਖਵਿੰਦਰ ਕੌਰ ਮੈਡਮ ਕਿ ਇਮਾਨਦਾਰ ਆ, ਇੱਕ ਸੂਝਵਾਨ ਇਨਸਾਨ ਆ, ਇੱਕ ਚੰਗੇ ਪਰਿਵਾਰ ਨਾਲ ਰਿਲੇਟਿਡ ਆ, ਤਾਂ ਹੀ ਉਹਨਾਂ ਨੇ ਆਹ ਚੀਜ਼ਾਂ ਵੇਖ ਕੇ ਤੁਹਾਨੂੰ ਆਹ ਮਾਣ ਬਖਸ਼ਿਆ, ਤੁਹਾਨੂੰ ਸੇਵਾ ਬਖਸ਼ੀ ਆ। ਨਹੀਂ ਤਾਂ ਪਿੰਡ 'ਚ ਹੋਰ ਵੀ ਘਰ ਸੀ ਜਿਨ੍ਹਾਂ ਨੂੰ ਕਿਸੇ ਨੂੰ ਕਹਿ ਸਕਦੇ, ਜਿੱਥੇ ਵੀ ਸਿਰ 'ਤੇ ਹੱਥ ਰੱਖਦੇ ਉਹੀ ਸਰਪੰਚ ਬਣ ਸਕਦਾ ਸੀ। ਬਾਕੀ ਮੇਰੇ ਪਿੰਡ 'ਚ ਸਭ ਗਰੀਬ ਲੋਕ ਜ਼ਿਆਦਾ ਨੇ। ਠੀਕ ਹੈ। ਅਤੇ ਈਸਾਈ ਭਰਾ ਜੀ ਬਹੁਤ ਕਾਫੀ ਮੇਰੀ ਵੋਟ ਮੇਰੇ ਬੂਥ ਵਿੱਚ। ਠੀਕ ਆ। ਅਤੇ ਉਹਨਾਂ ਦੀ ਕੋਈ ਵੀ ਆ ਰਾਤ ਦਿਨ ਜੋ ਸਾਨੂੰ ਉਸ ਵੇਲੇ ਹਾਜ਼ਰ ਹੋਈਦਾ ਜੀ, ਦੁੱਖ ਤਕਲੀਫ ਅਤੇ ਪੂਰੀ ਭੈਣ ਅਟਕੇ ਜੀ ਉਹਨਾਂ ਨਾਲ ਪਿਆਰ ਕਰੀਦਾ। ਠੀਕ ਆ। ਅਤੇ ਕੰਮ ਵਧੀਆ ਕਰਦੇ ਜੀ। ਅਤੇ ਸਰਪੰਚ ਸਾਹਿਬ ਜਿਵੇਂ ਕਿ ਤੁਹਾਡੇ ਆਪਣੇ ਵਾਰਡ ਦੇ ਵਿੱਚ, ਹਾਂਜੀ, ਤੁਹਾਡੇ ਆਪਣੇ ਜਿਹੜਾ ਬਲਾਕ ਆਪਾਂ ਕਹਿ ਲਈਏ, ਵਾਰਡ ਕਹਿ ਲਈਏ ਜਾਂ ਤੁਹਾਡੇ ਪਿੰਡ ਦੀ ਪੰਚਾਇਤ ਕਹਿ ਲਈਏ, ਉਹਦੇ ਵਿੱਚ ਤੁਹਾਡੇ ਇੱਕ ਸਕੂਲ ਆਉਂਦਾ ਜਿਹੜਾ ਮਿਡਲ ਸਕੂਲ ਆ, ਉਹ ਮਿਡਲ ਸਕੂਲ ਦੀ ਕੰਡੀਸ਼ਨ ਕਿਵੇਂ ਦੀ ਆ, ਵਧੀਆ ਵਾ ਜਾਂ? ਠੀਕ ਆ, ਪਰ ਵਧੀਆ ਉਹਦਾ ਵਧੀਆ ਨਹੀਂ ਸਰ। ਮਤਲਬ ਉਹਦੀ ਰਿਪੇਅਰ ਹੋਣ ਵਾਲੀ ਹੈ। ਜਗ੍ਹਾ ਬੜੀ ਵਧੀਆ, ਟਿਕਾਣਾ ਬੜਾ, ਸਭ ਕੁਝ ਵਧੀਆ ਵਾ। ਤੇ ਉਹਦੀ ਕੋਈ ਚਾਰ ਦੀਵਾਰੀ, ਕੋਈ ਦਫ਼ਤਰ ਵੀ ਹੈਨੀਗਾ ਪ੍ਰਿੰਸੀਪਲ ਵਾਸਤੇ। ਠੀਕ ਆ। ਜਿਹੜੀਆਂ ਦਿੱਕਤਾਂ ਹੈਗੀਆਂ ਥੋੜੇ ਕੱਚੇ ਤਾਂ ਬੱਚੇ ਕਈ ਰਹੇ, ਇੰਟਰਲੋਕ ਲੱਗੀ ਉਹ ਸੋਹਣੀ ਲੱਗਦੀ ਹੈ ਜੀ, ਵਧੀਆ। ਬਿਲਕੁਲ ਬਿਲਕੁਲ। ਤੇ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੇ ਪਿੰਡ ਦੇ ਵਿੱਚ ਸਕੂਲ, ਇੱਕ ਪ੍ਰਾਇਮਰੀ ਹੈ, ਇੱਕ ਮਿਡਲ ਸਕੂਲ ਆ, ਹਾਂਜੀ, ਤੇ ਉਹਦੇ ਵਿੱਚ ਤੁਸੀਂ 2 ਕਿੱਲੇ ਦੀ ਤੁਹਾਡੇ ਪਿੰਡ 'ਚ ਗਰਾਊਂਡ ਵੀ ਆ, ਉਹ ਗਰਾਊਂਡ ਮਤਲਬ ਕਿ ਪੱਕੀ ਆ ਕਿ ਜਾਂ ਚਾਰ ਦੀਵਾਰੀ ਹੋਈ ਹੈ ਕਿ ਜਾਂ ਉਹੀ ਹੋਣ ਵਾਲੀ? ਬਿਲਕੁਲ ਨਹੀਂ ਹੋਈ, ਚਾਰ ਦੀਵਾਰੀ ਨਹੀਂ ਹੋਈ। ਤਾਂ ਥੱਲਿਓ ਵੀ ਮਤਲਬ ਕਿ ਉਹਦਾ ਹਾਲਾਤ ਕਿੱਦਾਂ ਦੇ ਆ? ਥੱਲਿਓ ਪੱਧਰੀ ਜਾ ਕੀਤੀ, ਪਰ ਨੀਵੀਂ ਬਹੁਤ ਹੈ, ਬਹੁਤ ਜ਼ਮੀਨ ਮਿੱਟੀ ਪੈਣ ਵਾਲੀ, ਮਤਲਬ ਕਿ ਲੇਵਲ ਉੱਤੇ ਕਰਨ ਵਾਲਾ, ਜ਼ਿਆਦਾ ਮੀਂਹ ਪੈਦੇ ਫਿਰ ਕਈ ਦਿਨ ਮਹੀਨਾ ਮਹੀਨਾ ਪੜ੍ਹਨੀ ਸੁੱਕਦਾ ਦੱਸ ਦਿੰਦੇ। ਠੀਕ ਆ। ਤੇ ਸਰਪੰਚ ਸਾਹਿਬ ਆਪਣੇ ਸਕੂਲ ਦੇ ਵਿੱਚ ਬੱਚੇ ਜਿਹੜੇ ਆ ਮਤਲਬ ਕਿ ਰੂਟੀਨ ਨਾਲ ਆਉਂਦੇ ਆ? ਹਾਂਜੀ, ਬਹੁਤ ਵਧੀਆ। ਪ੍ਰਿੰਸੀਪਲ ਸਾਡੇ ਬਹੁਤ ਵਧੀਆ, ਸ਼ੇਖੋ ਸਾਹਿਬ ਮਾਠ ਨੇ ਬੜੇ ਵਧੀਆ, ਹੱਟ ਤੋਂ ਮੇਰੇ 10-12 ਸਾਲ ਇੱਥੇ ਲੱਗੇ ਜੀ, 12-14 ਦੇ। ਠੀਕ ਹੈ ਜੀ। ਅਤੇ ਉਹ ਬੜੇ ਘਰ ਘਰ ਜਾ ਕੇ ਬੱਚਿਆਂ ਨੂੰ ਲਿਆਉਂਦੇ, ਪੂਰਾ ਸਕੂਲ ਸਾਡਾ ਵਧੀਆ ਚੱਲ ਰਿਹਾ। ਠੀਕ ਆ। ਅਤੇ ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਜਿਵੇਂ ਕਿ ਆਪਾਂ ਕਾਫੀ ਪਿੰਡਾਂ 'ਚ ਵੇਖਿਆ ਕਿ ਕਈਆਂ ਪਿੰਡਾਂ 'ਚ ਧਰਮਸ਼ਾਲਾ ਹੁੰਦੀ ਆ, ਕਈ ਥਾਵਾਂ 'ਤੇ ਜੰਝਕਾਰ ਹੁੰਦੇ ਆ, ਜਾਂ ਕਈ ਥਾਵਾਂ 'ਤੇ ਗੁਰਦੁਆਰੇ ਦੇ ਕਾਫੀ ਸਿਸਟਮ ਵਧੀਆ ਹੁੰਦਾ ਵਾ ਵੀ ਗੁਰਦੁਆਰੇ ਲੋਕ ਕਰਦੇ, ਤੁਹਾਡੇ ਪਿੰਡ ਦੇ ਵਿੱਚ ਜੰਝਕਾਰ ਤਾਂ ਹੈਗਾ ਵਾ, ਪਰ ਤੁਸੀਂ ਦੱਸਿਆ ਕਿ ਕਾਫੀ ਸਾਲਾਂ ਤੋਂ ਬਣਿਆ ਹੋਇਆ ਵਾ, ਉਹਦੀ ਦੁਬਾਰਾ ਰਿਪੇਅਰ ਹੋਣ ਵਾਲੀ ਆ? ਹਾਂਜੀ, ਕੁਛ ਵੀ ਨਹੀਂ ਉੱਥੇ, ਮਾੜਾ ਹੀ ਹਾਲ ਹੈ। ਤਾਂ ਉਹੀ ਜਿਸ ਤਰ੍ਹਾਂ ਕਿ ਹੁਣ ਆਪਾਂ ਬਾਜਵਾ ਸਾਹਿਬ ਜੀ ਨੂੰ, ਮੰਤਰੀ ਸਾਹਿਬ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਗਰੀਬ ਪਰਿਵਾਰ, ਚਲੋ ਹੁਣ ਜਿਵੇਂ ਬਾਰਿਸ਼ਾਂ ਦੇ ਦਿਨ ਵੀ ਆ, ਬਾਰਿਸ਼ਾਂ ਦੇ ਵਿੱਚ ਆਪਾਂ ਕਈ ਪਰਿਵਾਰ ਇਹੋ ਜਿਹੇ ਜਿਨ੍ਹਾਂ ਦੇ ਆਪਣੇ ਘਰ ਸਿਰਫ ਮੰਜੇ ਡਾਉਣ ਜੋਗੀ ਜਗ੍ਹਾ ਵਾ, ਤਾਂ ਉਹ ਕੋਈ ਵੀ ਉਹਨਾਂ ਦੇ ਘਰ ਕੋਈ ਇਹੋ ਜਿਹੀ ਮੁਸ਼ਕਿਲ ਆ ਜਾਏ, ਕੋਈ ਖੁਸ਼ੀ ਦਾ, ਕੋਈ ਗਮੀ ਦਾ, ਤਾਂ ਚਲੋ ਆਵਾ ਕਿ ਜਾਂਦੇ ਘਰ ਹੋਵੇ ਜਾਂ ਕੋਈ ਧਰਮਸ਼ਾਲਾ ਹੋਵੇ, ਉੱਥੇ ਜਾ ਕੇ ਕਰ ਸਕਦੇ ਆ। ਇਹਦੇ ਵਾਸਤੇ ਆਪਾਂ ਬਾਜਵਾ ਸਾਹਿਬ ਨੂੰ ਕਹੋਗੇ ਕਿ ਤੁਹਾਨੂੰ ਗ੍ਰਾਂਟ ਦੇਣ, ਤੁਹਾਡੀ ਚਲੋ ਜਿੰਨੀ ਆਪਣੀ ਅੱਗੇ ਉਹਨਾਂ ਨੇ ਕੀਤੀ ਮਦਦ ਤੁਹਾਡੇ ਪਿੰਡ ਨੂੰ ਅੱਗੇ ਜਿੱਦਾਂ ਤੁਹਾਡੀ ਨੁਹਾਰ ਬਦਲੀ ਆ, ਉਸੇ ਤਰ੍ਹਾਂ ਹੋਰ ਵੀ ਗਾਂਹ ਬਦਲਣ, ਗਰੀਬ ਪਰਿਵਾਰ ਦਾ ਜਿੰਨੇ ਤੁਸੀਂ ਅੱਗੇ ਪਹਿਲਾਂ ਸੋਚਿਆ ਗਾਂਹ ਵੀ ਤੁਸੀਂ ਸੋਚੋ। ਸੇਵਾ, ਸੇਵਾ ਦਾ ਮੌਕਾ ਦਿੱਤਾ, ਸੇਵਾ ਕਰਨੀ। ਬਿਲਕੁਲ ਬਿਲਕੁਲ। ਸੇਵਾ ਵਾ ਜੀ, ਸਰਪੰਚੀ ਦਾ ਲੇਵਲ ਹੀ ਰੱਖਦੇ ਜੀ, ਚੌਕੀਦਾਰ ਬਣ ਕੇ ਸੇਵਾ ਕਰਨੀ ਪਿੰਡ ਦੀ। ਠੀਕ ਹੈ। ਅਤੇ ਸਰਪੰਚ ਸਾਹਿਬ ਆਪਣੇ ਪਿੰਡ 'ਚ ਸ਼ਮਸ਼ਾਨ ਘਾਟ ਇੱਕ ਅਤੇ ਇੱਕ ਕਬਰਿਸਤਾਨ, ਉਹਨਾਂ ਦੋਵਾਂ ਦੇ ਵਿੱਚ ਮਤਲਬ ਕਿ ਪੱਕਾ ਵਾ ਦੋਨੇ ਜਾਂ ਕਿ ਜਾਂ ਚਾਰ ਦੀਵਾਰੀਆਂ ਹੋ ਜਾਂਦੀਆਂ, ਕੀ ਉਹਨਾਂ ਦੇ ਵਿੱਚ ਕਿੰਨਾ ਕੁ ਮੁਸ਼ਕਿਲਾਂ ਵਾ? ਜਿਹੜਾ ਸਾਡੇ ਜੱਟ ਬਰਾਜ ਆਪਣਾ ਸ਼ਮਸ਼ਾਨ ਘਾਟ ਹੈ, ਉਹਦੇ 'ਤੇ ਥੋੜ੍ਹਾ ਜਿਹਾ ਫਰਸ਼ ਪਿਆ, ਥੋੜ੍ਹਾ ਜਿੰਨਾ ਕੁ ਲਾਗੇ ਲਾਗੇ ਥੋੜ੍ਹਾ ਜ਼ਿਆਦਾ। ਠੀਕ ਹੈ। ਜ਼ਿਆਦਾ ਰਹਿੰਦਾ ਜੀ। ਠੀਕ ਹੈ। ਅਤੇ ਬਾਕੀ ਜਿਹੜੀਆਂ ਕ੍ਰਿਸ਼ਨਾ ਜੀਆਂ ਨੇ, ਹਾਂਜੀ, ਕਬਰਾਂ, ਉਹਦੇ ਉਹਦੇ ਬਿਲਕੁਲ ਸ਼ੈੱਡ ਵੀ ਹੈ ਨੀਗਾ, ਵਿਚਾਰੇ ਗਰਮੀਆਂ ਦੀ ਮੁਸ਼ਕਿਲ ਹੁੰਦੀ ਬੜੀ, ਤੇ ਕੋਈ ਛੱਡ ਹੀ ਵੱਡਾ ਬਣ ਜਾਏ, ਚਲੋ ਉੱਥੇ ਚਲੋ ਤੇ ਬਣੇ ਸੰਸਾਰ ਦਾ। ਬਿਲਕੁਲ ਜੀ ਬਿਲਕੁਲ। ਤੇ ਉੱਥੇ ਜਾਣ ਕੋਈ ਪੱਖੇ ਪੁੱਖੇ ਲੱਗੇ, ਉਹਨੂੰ ਗਰਮੀ ਹੋਏ, ਅਰਮਾਨ ਨਾਲ ਘੜੀ ਖਲੋਤ ਜਾਣ ਸਰੀਰ। ਬਿਲਕੁਲ। ਤੇ ਆਪਣੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ
ਕਿ ਪਹਿਲਾਂ ਆਪਣੇ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਹੁਣ ਛੇਵਾਂ ਦਰਿਆ ਨਸ਼ਿਆਂ ਦਾ ਚੱਲਦਾ, ਤੇ ਉਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਜ਼ਿਆਦਾ ਸਾਡੇ ਪਿੰਡ ਹੈ ਬਹੁਤ ਜ਼ਿਆਦਾ ਸੀ ਜੀ, ਹਾਂਜੀ, ਪਰ ਕੁਝ ਪਰਸੈਂਟ ਰਹਿ ਗਿਆ ਜੀ। ਠੀਕ ਆ, ਮੈਂ ਉਹ ਵੀ ਆਪ ਘਰ ਜਾ ਕੇ ਜਾਂ ਮੈਂ ਜਿੱਦਾਂ ਮਰਜ਼ੀ ਪੈ ਪਈ ਪੂਰੀ ਰੱਖਣਾ ਜੀ। ਠੀਕ ਹੈ ਜੀ, ਨਸ਼ਾ ਨਹੀਂ ਮੈਂ ਚੱਲਣ ਦੇਣਾ। ਮੈਂ ਕਈ ਵਾਰ ਇਹ ਮੈਂ ਐਸ ਐਚ ਓ ਸਾਡੇ ਮੈਂ ਰੇਡ ਕੀਤਾ ਤੇ ਮੈਂ ਉਹਨਾਂ ਨੂੰ ਪਹਿਲੋਂ ਅੱਗੇ ਗਿਆ, ਮੈਨੂੰ ਪਤਾ ਵੀ ਇਹਨਾਂ ਕੋਲ ਬੰਦਾ ਨਿਕਲ ਜਾਣਾ ਜੀ, ਤੇ ਅਸੀਂ ਪੂਰਾ ਡਰਲੱਪਾ ਪਾਇਆ ਵੀ ਨਸ਼ਾ ਨੇ ਜਿੰਨਾ ਵੀ ਹੋ ਸਕੇ। ਉਹਨਾਂ ਨੇ ਮਾਂ ਪਿਓ ਨੂੰ ਜਾ ਕੇ ਸਮਝਾਈਦਾ ਵੀ ਬੱਚੇ ਨੂੰ ਬਚਾਓ, ਸਾਨੂੰ ਬਹੁਤ ਦੁੱਖ ਲੱਗਦਾ ਵੀ। ਮਤਲਬ ਤੁਸੀਂ ਚੰਗੀ ਸੋਚ ਦੇ ਨਾਲ ਲੈ ਕੇ ਸਾਰਕ ਬੱਚੇ ਨੂੰ ਚੱਲਦੇ ਵੀ ਪਿੰਡ 'ਚ ਗਰਾਊਂਡ ਹੋਵੇ, ਜਿੰਮ ਹੋਵੇ, ਤੇ ਨਸ਼ਿਆਂ ਵੱਲੋਂ ਹਟ ਕੇ ਬੱਚੇ ਦੇ ਗਰਾਊਂਡ ਦੇ ਵਿੱਚ ਤੇ ਜਿੰਮ ਦੇ ਵਿੱਚ ਆਪਣਾ ਟਾਈਮ ਨੂੰ ਬਤੀਤ ਕਰਨ, ਨਸ਼ਿਆਂ ਵੱਲ ਪਾਸੇ ਨਾ ਕਰਨ। ਬਾਕੀ ਮੰਤਰੀ ਸਾਹਿਬ ਸਾਡੇ ਬੜੇ ਸਿਆਣੇ ਨੇ ਤੇ ਅਸੀਂ ਤੇ ਪੂਰਾ ਖਿਆਲ ਰੱਖਦੇ ਜੀ ਆਪਣੇ ਪਿੰਡ। ਸਾਡੇ ਕੋਈ ਕੋਈ ਨਾਰਮਲ ਉਹ ਨਸ਼ਾ ਵੈਸੇ ਕੋਈ ਇੰਨਾ ਨਹੀਂ ਜ਼ਿਆਦਾ। ਠੀਕ ਹੈ ਜੀ, ਬਹੁਤ ਜਿਵੇਂ 100 'ਚੋਂ ਕੋਈ 10% ਮੈਂ ਕਹਿ ਨਹੀਂ ਸਕਦਾ। ਤੇ ਜਿਵੇਂ ਕਿ ਆਪਾਂ ਇੱਕ ਚੀਜ਼ ਵੇਖਦੇ ਸਰਪੰਚ ਸਾਹਿਬ ਜਿੱਦਾਂ ਕਿ ਆਪਾਂ ਛੋਟੇ ਸਾਹਿਬ ਜਦੋਂ ਸ਼ਹੀਦੀ ਦਿਹਾੜਾ ਆ ਰਿਹਾ, ਲੋਕੀ ਤਕਰੀਬਨ ਅੱਜ ਕੱਲ੍ਹ ਸ਼ਹੀਦੀ ਦਿਹਾੜਾ ਘੱਟ ਤੇ ਉਹਨੂੰ ਇੱਕ ਫੰਕਸ਼ਨ ਜਾਂ ਕਹਿ ਲਈਏ ਜਾਂ ਆਪਾਂ ਇੱਕ ਕਹਿ ਲਈਏ ਖੁਸ਼ੀ ਦੇ ਮਾਹੌਲ ਦੇ ਨਾਲ ਜ਼ਿਆਦਾ ਮਨਾਉਂਦੇ, ਤੁਸੀਂ ਉਹ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਨੂੰ ਕੀ ਕਹਿਣਾ ਚਾਹੁੰਦੇ ਵੀ ਉਹਦੇ 'ਤੇ ਕੀ ਹੋਣਾ ਚਾਹੀਦਾ, ਕਿੱਦਾਂ ਮਨਾਉਣਾ ਚਾਹੀਦਾ ਉਹਨੂੰ? ਦੇਖੋ ਜੀ, ਆਹ ਜਿਹੜੇ ਦਿਨ ਚੱਲ ਰਹੇ ਆ ਨਾ, ਹਾਂਜੀ, ਇਹ ਸਾਨੂੰ ਬਹੁਤ ਕੁਛ ਸੋਚਣ ਦੀ ਲੋੜ ਹੈ ਜੀ। ਬਿਲਕੁਲ ਜੀ, ਵੀ ਆਪਾਂ ਖਾਣੇ ਦੇ ਵੀ ਸਾਦਾ ਖਾਣਾ ਤੇ ਖਰਚ ਕਰਨਾ ਹੁੰਦਾ ਜੀ। ਬਿਲਕੁਲ ਜੀ, ਤੇ ਖੁਸ਼ੀ ਦਾ ਪ੍ਰੋਗਰਾਮ ਉਹ ਵੀ ਨਾ ਕੀਤਾ ਜਾਏ। ਬਿਲਕੁਲ, ਇਹ ਕੋਈ ਦੱਸ ਦੇਣੀ ਆਪਾਂ ਯਾਦ ਕਰ ਲਈਏ ਬਹੁਤਾ ਨਹੀਂ। ਬਿਲਕੁਲ ਜੀ ਬਿਲਕੁਲ, ਤੇ ਸਾਡੀ ਜੀ ਕੋਸ਼ਿਸ਼ ਹੈ ਵੀ ਸਾਹਿਬਜ਼ਾਦਿਆਂ ਦੀ ਮਤਲਬ ਗੁਰੂ ਗੋਬਿੰਦ ਸਿੰਘ ਦੇ ਨਹੀਂ ਦੇ ਸਕਦੇ, ਨਹੀਂ ਦੇ ਸਕਦੇ ਜਿਹੜਾ ਸਿੱਖੀ ਦਿੱਤੀ ਸਾਨੂੰ, ਜੇ ਭੁੱਲਾਂਗੇ ਤੇ ਫਿਰ ਘਾਟਾ ਹੀ ਸਾਨੂੰ। ਬਿਲਕੁਲ ਜੀ ਬਿਲਕੁਲ, ਵਧੀਆ ਉਹਨਾਂ ਦੇ ਦਿਨ ਮਨਾਉਣੇ ਸ਼ੁਰੂ, ਮਤਲਬ ਕੀਰਤਨ ਘੜੀ ਹੋਏ, ਪਤਾ ਲੱਗੇ ਬੱਚਿਆਂ ਨੂੰ, ਪਤਾ ਲੱਗੇ ਵੀ ਸਾਡੇ ਵੀ ਵੱਡਿਆਂ ਨੇ ਕੀ ਕੀਤਾ। ਬਿਲਕੁਲ, ਜਿਸ ਤਰ੍ਹਾਂ ਹੁਣ ਗਰੀਬ ਪਰਿਵਾਰ ਗਰੀਬ ਬੱਚੇ ਆ ਉਹਨਾਂ ਨੂੰ ਵਿਸਤਾਰ ਦਿੱਤੇ ਜਾਣ, ਉਹਨਾਂ ਨੂੰ ਖਾਣਾ ਖਾਣ ਦੇ ਘਰ 'ਚ ਰਾਸ਼ਨ ਪਹੁੰਚਾਇਆ ਜਾਵੇ, ਆਪਾਂ ਡੀਜੇ ਦੇ ਜਿਹੜਾ 10,000-15,000 ਰੁਪਏ ਖਰਚ ਨਾ ਉਹ ਹੀ ਕਿਸੇ ਗਰੀਬ ਪਰਿਵਾਰ ਨੂੰ ਦਿੱਤਾ ਜਾਵੇ ਤੇ ਵਧੀਆ ਤਰੀਕੇ ਨਾਲ ਮਨਾਇਆ ਜਾਵੇ। ਤੇ ਤੁਸੀਂ ਆਪਣੇ ਹੁਣ ਉਸ ਤੋਂ ਬਾਅਦ ਨਵਾਂ ਸਾਲ ਆਪਣਾ ਆ ਰਿਹਾ, 31 ਦਸੰਬਰ ਨੂੰ ਨਵਾਂ ਸਾਲ ਸ਼ੁਰੂ ਹੋ ਰਿਹਾ ਜੀ, ਉਹਦੇ ਵਾਸਤੇ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ, ਆਪਣੇ ਮੰਤਰੀ ਸਾਹਿਬ ਨੂੰ, ਆਪਣੇ ਇਲਾਕੇ ਨੂੰ, ਆਪਣੇ ਪੰਜਾਬ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਨਵੇਂ ਸਾਲ ਦਾ? ਨਵੇਂ ਸਾਲ ਬੜੀ ਕਿਰਪਾ ਮਾਲਕ ਨੇ, ਨਵਾਂ ਸਾਲ ਸਾਰਿਆਂ ਦੇ ਵਧੀਆ ਆਏ ਤੇ ਇਹਦੇ ਵਿੱਚ ਚੰਗੇ ਕੰਮ ਕਰੀਏ, ਚੰਗੀ ਸਿਹਤ ਦਈਏ, ਚੰਗਾ ਪ੍ਰਚਾਰ ਕਰੀਏ ਕਿ ਲੋਕ ਅਮਨ ਸ਼ਾਂਤੀ ਨਾਲ ਆਪਣਾ ਰਹਿਣ। ਠੀਕ ਆ, ਤੇ ਤੁਸੀਂ ਸਰਪੰਚ ਸਾਹਿਬ ਨਵੇਂ ਸਾਲ ਦੀ ਆਪਣੇ ਮੰਤਰੀ ਸਾਹਿਬ ਨੂੰ, ਆਪਣੇ ਪਿੰਡ ਵਾਸੀਆਂ ਨੂੰ, ਆਪਣੇ ਸ਼ਹਿਰ ਨੂੰ ਤੇ ਆਪਣੇ ਪੰਜਾਬ ਨੂੰ ਵਧਾਈ ਦੇਣਾ ਚਾਹੋ ਤੇ ਕਿਵੇਂ ਤੁਸੀਂ ਕਹਿ ਸਕਦੇ ਉਹਨਾਂ ਨੂੰ ਵੀ ਤੁਸੀਂ ਕੀ ਵਧਾਈ ਦੇਣਾ ਚਾਹੁੰਦੇ ਉਹਨਾਂ ਨੂੰ? ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਜੀ ਤੇ ਵਧੀਆ ਮਤਲਬ ਸਾਰਾ ਪਿੰਡ ਸੁਖੀ ਵਸੇ, ਵਧੀਆ ਨਵਾਂ ਸਾਲ ਆਏ। ਠੀਕ ਹੈ ਜੀ, ਆ ਸੀ ਸਾਡੇ ਸਰਪੰਚ ਸਾਹਿਬ ਸੁਖਵਿੰਦਰ ਕੌਰ ਜੀ, ਉਹਨਾਂ ਦੇ ਹਸਬੈਂਡ ਬਲਜਿੰਦਰ ਸਿੰਘ ਜੀ ਜੋ ਕਿ ਪਿੰਡ ਕਿਲ੍ਹਾ ਦੇਸਾ ਸਿੰਘ ਤੋਂ ਸੀ, ਅਸੀਂ ਉਹਨਾਂ ਨਾਲ ਬੈਠੇ ਸਾਂ, ਉਹਨਾਂ ਨੇ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਜੋ ਕਿ ਸਰਪੰਚ ਸਾਹਿਬ ਦੇ ਹਸਬੈਂਡ ਅੰਮ੍ਰਿਤਧਾਰੀ ਵੀ ਹਨ ਅਤੇ ਇੱਕ ਚੰਗੀ ਸੋਚ ਵਾਲੇ ਵੀ ਹਨ ਅਤੇ ਗੁਰੂ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਪਿੰਡ ਅਤੇ ਆਪਣੇ ਪਰਿਵਾਰ ਨੂੰ ਚਲਾ ਰਹੇ ਆ। ਉਹ ਆਹ ਚੀਜ਼ ਤੋਂ ਬਹੁਤ ਦੂਰ ਰਹਿ ਕੇ ਕਰਦੇ ਕਿ ਮੈਂ ਨਾ ਕਿਸੇ ਪਾਰਟੀਬਾਜ਼ੀ ਦੇ ਵਿੱਚ ਪਿੰਡ ਨੂੰ ਚਲਾਉਣਾ, ਨਾ ਮੈਂ ਕਿਸੇ ਜਾਤੀਵਾਦ ਦੇ ਨਾਲ ਚਲਾਉਣਾ, ਮੈਂ ਆਪਣਾ ਪਰਿਵਾਰ ਸਮਝ ਕੇ ਪਿੰਡ ਚਲਾਉਣਾ। ਅਸੀਂ ਸਰਪੰਚ ਸਾਹਿਬ ਦੀ ਸੋਚ 'ਤੇ ਬਹੁਤ ਹੀ ਮਾਣ ਕਰਦੇ ਹਾਂ ਕਿ ਜੋ ਇੱਦਾਂ ਦੇ ਸਰਪੰਚ ਸਾਹਿਬ ਹਰ ਪਿੰਡ ਨੂੰ ਮਿਲਣ ਅਤੇ ਹਰ ਪਿੰਡ ਦੀ ਨੁਹਾਰ ਚੇਂਜ ਹੋ ਜਾਵੇ, ਹਰ ਪਿੰਡ ਦੇ ਵਿੱਚ ਖੁਸ਼ੀ ਆ ਜਾਵੇ। ਅਤੇ ਸਰਪੰਚ ਸਾਹਿਬ ਅਸੀਂ ਤੁਹਾਨੂੰ ਆਹੋ ਹੀ ਕਹਿਣਾ ਚਾਹਾਂਗੇ ਕਿ ਜਿਵੇਂ ਤੁਸੀਂ ਪਿੱਛੇ 1 ਸਾਲ ਕੰਮ ਕੀਤੇ, ਆਉਣ ਵਾਲੇ 4 ਸਾਲ ਵੀ ਤੁਸੀਂ ਇਵੇਂ ਹੀ ਕੰਮ ਕਰੋ ਅਤੇ ਆਪਣੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰੋ ਕਿ ਪਿੰਡ ਵਾਸੀਆਂ ਨੇ ਜਿਸ ਮਾਣ ਨਾਲ ਤੁਹਾਨੂੰ ਸਰਪੰਚ ਬਣਾਇਆ ਉਹ ਮਾਣ ਉਹਨਾਂ ਨੂੰ ਬਰਕਰਾਰ ਰਹੇ, ਅਗਾਂਹ ਵੀ ਤੁਸੀਂ ਆਉਂਦੇ ਵਾਰ ਵੀ ਸਰਪੰਚ ਬਣੋ। ਇੰਨਾ ਕੁਛ ਕਹਿੰਦਾ ਹੈ ਮੈਂ ਜਸਵੀਰ ਸਿੰਘ, ਕੈਮਰਾਮੈਨ ਤਰੁਣ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।